ਸਿਆਣਿਆਂ ਦੇ ਜੀ ਮਨ ਪਾਪੀ ਹੋਵੇ ਤੇ ਹੁਜਤਾਂ ਢੇਰ। ਅੱਜ ਮੇਰਾ ਇੱਕ ਬੇਲੀ ਮੇਰੇ ਕੋਲ ਆਇਆ, ਉਹਨੇ ਕਿਹਾ ਯਾਰ ਕੱਟੇ ਦੀ ਕੁਰਬਾਨੀ ਹਲਾਲ ਹੈ ਕਿ ਹਰਾਮ ਹੈ। ਮੈਂ ਕਿਹਾ ਵੀ ਮੈਂ ਕਿਹੜਾ ਵੀਰੇ ਮੁਫਤੀ ਹਾਂ, ਮੈਨੂੰ ਕੀ ਪਤਾ। ਬਹਰਲ ਮੈਂ ਤਾਂ ਇਹੀ ਸਮਝਣਾ ਵੀ ਹਲਾਲ ਜਾਨਵਰ ਹੈ, ਮੈਂ ਤਾਂ ਕੋਈ ਗੋਸ਼ਤ ਦੇ ਜੇ ਤਾਂ ਭੁੰਨ ਭੰਨ ਕੇ ਖਾ ਲੈਂਦਾ ਵਾਂ। ਵੈਸੇ ਮੈਂ ਕਿਹਾ ਮੈਂ ਜ਼ਿਆਦਾ ਵੱਛੇ ਦੀ ਕਰਦਾ, ਪਰ ਤੂੰ ਮੈਨੂੰ ਇਹ ਦੱਸ ਵੀ ਤੇਰੇ ਪੈਸੇ ਹਲਾਲ ਹੈ। ਗੱਲ ਕੁਰਬਾਨੀ ਦੇ ਜਾਨਵਰਾਂ ਨੂੰ ਤੂੰ ਛੱਡ, ਪਹਿਲਾਂ ਤਾਂ ਪੈਸਿਆਂ ਦੀ ਗੱਲ ਕਰ ਜਿਹਦੇ ਨਾਲ ਤੂੰ ਕੁਰਬਾਨੀ ਲੈਣੀ ਹੈ। ਮੇਰਾ ਤਾਂ ਈਮਾਨ ਹੈ ਕਿ ਜੇ ਤੇਰੇ ਪੈਸੇ ਹੀ ਹਲਾਲ ਨੇ, ਤੂੰ ਬੱਕਰੇ ਦੀ ਕਰ ਵੱਛੇ ਦੀ ਕਰ, ਉਹ ਵੀ ਨਹੀਂ ਕਬੂਲ। ਅਤੇ ਅੱਗੋਂ ਮੇਰੇ ਗਲ ਪੈ ਗਿਆ। ਮੈਨੂੰ ਆਂਦਾ ਮੈਂ ਚਰਸ ਵੇਚਣਾ, ਮੈਂ ਅਫੀਮ ਵੇਚਣਾ, ਮੈਨੂੰ ਬੜੀਆਂ ਗੱਲਾਂ ਕੀਤੀਆਂ। ਮੈਂ ਕਿਹਾ ਭਾਈ ਮੈਂ ਸੁਣਿਆ ਤੁਸੀਂ ਭੈਣ ਦਾ ਹਿੱਸਾ ਨਹੀਂ ਦਿੱਤਾ, ਭੈਣਾਂ ਦਾ ਹਿੱਸਾ ਨਾ ਪੀ ਬੈਠੇ ਹੋ, ਉਹਨਾਂ ਦੇ ਹਿੱਸਾ ਨੂੰ ਰਾਜ਼ੀ ਖੁਸ਼ੀ ਬਿਆਨ ਦਿੱਤੇ ਆ। ਮੈਂ ਕਿਹਾ ਪਾਕਿਸਤਾਨ ਦੇ ਵਿੱਚ ਇੱਕ ਭਰਾ ਲੱਭ ਕੇ ਵਿਖਾ ਦਿਓ ਜਿਹੜੇ ਰਾਜ਼ੀ ਖੁਸ਼ੀ ਭੈਣ ਨੂੰ ਬਿਆਨ ਦਿੱਤੇ ਹੋਣ ਵੀ ਲੈ ਭੈਣ ਤੂੰ ਮੇਰੇ ਹਿੱਸੇ ਦੀ ਲੈ ਲਾ। ਇਹ ਗਫੂਆ ਤੂੰ ਇਹ ਫੰਦਾ ਤੁਸੀਂ ਭੈਣ ਦੇ ਗੱਲ 'ਚ ਕਿਉਂ ਪਾਉਂਦੇ ਆ ਕਿ ਭੈਣ ਨੇ ਰਾਜ਼ੀ ਖੁਸ਼ੀ ਬਿਆਨ ਦੇ ਦਿੱਤੇ ਆ। ਮੈਂ ਕਿਹਾ ਤੁਸੀਂ ਬਲੈਕਮੇਲ ਕਰਦੇ ਹੋ ਬਹਾਨੇ ਨਾ, ਭੈਣ ਨੂੰ ਡਰ ਹੁੰਦਾ ਮਾਪੇ ਟੁਰ ਜਾਣੇ ਆ ਮੇਰਾ ਭਰਾ ਦਾ ਬੂਆ ਨਾ ਖੁਸ਼ ਜੇ। ਉਹ ਮੈਂ ਕਿਹਾ ਹੱਦ ਤੋਂ ਜ਼ਿਆਦਾ ਲਾਇਲ ਹੁੰਦੀ ਆ ਭੈਣ, ਵਫਾਦਾਰ ਹੁੰਦੀ, ਪਹਿਲਾਂ ਤੋਂ ਜੰਮਦੀ ਆ ਅਤੇ ਮਾਂ ਦੇ ਨਾਲ ਰਲ ਕੇ ਤੁਹਾਡਾ ਧੋਣਾ ਪਕਾਉਣਾ ਕਰਦੀ ਆ। ਮੁੜ ਕੇ ਵਿਚਾਰੀ ਨੂੰ ਪਤਾ ਨਹੀਂ ਕਿੱਦਾਂ ਦਾ ਮੱਥੇ ਲੱਗਣਾ, ਕੀ ਉਹਨੇ ਉਹਦੇ ਨਾਲ ਵਰਤਣਾ ਵਾ। ਅਤੇ ਮੈਂ ਕਿਹਾ ਤੁਸੀਂ ਜਾਂਦੀ ਨੂੰ ਕੀ ਕਰਦੇ ਹੋ, ਆ ਜੀ ਅਸੀਂ 7 ਲੱਖ ਦਾ ਜਹੇਜ ਦੇ ਦਿੱਤਾ, 20 ਲੱਖ ਦਾ ਜਹੇਜ ਦੇ ਦਿੱਤਾ, 5 ਕਰੋੜ ਦੀ ਤੁਸੀਂ ਉਹਦੀ ਜਾਇਦਾਦ ਪੀ ਗਈ, ਉਹਦੇ ਸਿਰ ਆਸਾਨ ਕੀਤਾ। ਤੁਸੀਂ ਉਹਨੂੰ ਕੱਖ ਵੀ ਨਾ ਦਿਓ ਯਾਰ, ਤੁਸੀਂ ਉਹਦੀ ਰਜਿਸਟਰੀ ਦਿਓ 5 ਕਰੋੜ ਰੁਪਈਏ ਦੀ, ਪੂਰੀ ਜ਼ਿੰਦਗੀ ਉਹਦਾ ਖਾਮਦ ਉਹਦੇ ਘਰ ਨਹੀਂ ਲੜੇਗਾ। ਮੈਂ ਗਰੰਟੀ ਦਿੰਦਾ ਜਹੇਜ਼ ਨਾ ਦਿਆ ਕਰੋ। ਸ਼ਰੀਅਤ ਨੇ ਜਹੇਜ਼ ਨੂੰ ਹਰਾਮ ਕਿਹਾ ਅਤੇ ਹੱਕ ਨੂੰ ਹਲਾਲ ਕਿਹਾ। ਤੁਸੀਂ ਕੀ ਕਰਦੇ ਜਨਾਬ, ਡਰਾਮੇਬਾਜ਼ੀਆਂ ਅਦਾਕਾਰੀਆਂ ਤੁਹਾਡੇ ਤੋਂ ਖਤਮ ਹੈ। ਭੈਣ ਜਿਹੜੀ ਹੈ ਜਾਂ ਧੀ ਜਿਹੜੀ ਉਹ 3 ਮਹੀਨਿਆਂ 'ਚ ਜੰਮਦੀ ਹੈ, ਉਹ ਵੀ 9ਵਾਂ 'ਚ ਹੀ ਜੰਮਦੀ ਹੈ। ਜੰਮਣ ਤੋਂ ਬਾਅਦ ਰਲ ਕੇ ਮਾਂ ਦੇ ਨਾਲ ਤੁਹਾਡੀ ਪਰਵਰਿਸ਼ ਕਰਦੀ ਹੈ। ਤੁਸੀਂ ਉਹਨੂੰ ਬਲੈਕਮੇਲ ਕਰਕੇ ਡਰਾਮੇਬਾਜ਼ੀਆਂ ਕਰਕੇ ਉਹਦੇ ਕੋਲ ਬਿਆਨ ਲੈ ਲੈਂਦੇ ਹੋ ਅਤੇ ਬਾਅਦ 'ਚ ਪੁੱਛਦੇ ਫਿਰਦੇ ਹੋ ਕੱਟੇ ਦੀ ਕੁਰਬਾਨੀ ਹਲਾਲ ਹੈ ਕਿ ਹਰਾਮ ਹੈ। ਮੈਨੂੰ ਤਾਂ ਤੁਹਾਡਾ ਸਾਰਾ ਰਿਜ਼ਕ ਹੀ ਹਰਾਮ ਲੱਗਦਾ। ਤੁਸੀਂ ਉਸ ਵਿਚਾਰੀ ਦਾ ਉਹਦਾ ਸਾਰਾ ਕੁਝ ਪੁੱਜ ਲਿਆ। ਮੈਂ ਦਾਅਵੇ ਨਾਲ ਕਹਿ ਸਕਦਾ ਹਰ ਭਰਾ ਨੂੰ ਹਰ ਪਿਓ ਨੂੰ ਉਹ ਖੁਦਾ ਦਾ ਵਾਸਤਾ ਯਾਰ ਮਰ ਜਾਣਾ, ਅਸੀਂ ਦੁਨੀਆਂ ਛੱਡ ਕੇ ਚਲੇ ਜਾਣਾ। ਔਲਾਦ ਨੂੰ ਬਰਾਬਰ ਕਰਿਆ ਕਰੋ, ਜਿਹੜਾ ਸ਼ਰੀਅਤ ਨੇ ਧੀ ਦਾ ਹੱਕ ਭੈਣ ਦਾ ਹੱਕ ਮੁਕਰਰ ਕੀਤਾ ਉਹਦੇ ਨਾਂ ਲਵਾਇਆ ਕਰੋ, ਉਹਨੂੰ ਦਿਆ ਕਰੋ। ਇਹ ਡਰਾਮੇਬਾਜ਼ੀਆਂ ਨਾ ਕਰਿਆ ਕਰੋ ਕਿ ਉਹਨੇ ਰਜ਼ਾਮੰਦੀ ਨਾ ਬਿਆਨ ਦਿੱਤੇ। ਦਲੀਲ ਇਹ ਆ ਕਿ ਕੋਈ ਇੱਕ ਭਰਾ ਪਾਕਿਸਤਾਨ 'ਚੋਂ ਲੱਭ ਕੇ ਦੱਸ ਦਿਓ ਜਿਹਨੇ ਭੈਣ ਨੂੰ ਰਜ਼ਾਮੰਦੀ ਨਾ ਬਿਆਨ ਦਿੱਤੇ ਹੋਣ, ਇਹ ਭੈਣ ਦੀ ਡਿਊਟੀ ਹੈ। ਹਕੀਕਤ ਇਹ ਹੈ ਕਿ ਤੁਸੀਂ ਸਾਜ਼ਿਸ਼ਾਂ ਕਰਦੇ ਹੋ, ਡਰਾਮੇਬਾਜ਼ੀਆਂ ਕਰਦੇ ਹੋ, ਅਦਾਕਾਰੀਆਂ ਇੱਦਾਂ ਦੀਆਂ ਕਰਦੇ ਹੋ ਕਿ ਉਹ ਵਿਚਾਰੀ ਮਜਬੂਰ ਹੋ ਕੇ ਤਾਂ ਉਹ ਤੁਹਾਡੇ ਨਾਂ ਬਿਆਨ ਦੇ ਜਾਂਦੀ ਹੈ। ਕੋਈ ਭੈਣ ਆਪਣੇ ਘਰ 'ਚ ਦੁਖੀ ਨਹੀਂ ਰਹੇਗੀ ਅਗਰ ਭਰਾ ਅਤੇ ਪਿਓ ਦਾ ਹਿੱਸਾ ਉਹਨੂੰ ਪੂਰਾ ਦੇਣ, ਸਮਝ ਆਈ। ਪੂਰੀ ਜ਼ਿੰਦਗੀ ਉਹ ਖਾਮਦ ਦੇ ਤਾਨੇ ਬਰਦਾਸ਼ਤ ਕਰਦੀ ਹੈ, ਸਮਝ ਆਈ। ਤੁਸੀਂ ਉਹਦੀ ਜ਼ਮੀਨ ਨੱਪ ਜਾਂਦੇ ਹੋ ਤਾਂ ਮੁੜ ਕੇ ਆਣ ਕੇ ਜਨਾਬ ਪੁੱਛ ਕੀ ਰਹੇ ਹੋ ਵੀ ਇਹ ਜੀ ਕੱਟੇ ਦੀ ਕੁਰਬਾਨੀ ਹਲਾਲ ਹੈ ਕਿ ਹਰਾਮ ਹੈ। ਪਹਿਲਾਂ ਤਾਂ ਭਾਈ ਜਾਨ ਆਪਣਾ ਰਿਜ਼ਕ ਹਲਾਲ ਕਰੋ ਨਾ, ਉਹਦਾ ਤੁਸੀਂ ਕਿਉਂ ਨਹੀਂ ਦਿੰਦੇ। ਮੈਂ ਪੂਰੇ ਰਿਸ਼ਤੇ, ਸਾਡੇ ਇੱਥੇ ਮਸਜਿਦ ਦੀ ਗੱਲ ਸੁਣ ਲਓ ਜੀ, ਸਾਡੇ ਇੱਥੇ ਇੱਕ ਮਸਜਿਦ ਭਾਬੀਆਂ ਦੀ ਆ, ਇੱਕ ਬਰੇਲਵੀਆਂ ਦੀ ਆ, ਤੀਸਰਾ ਮਾਂ ਮਸਜਿਦ ਆ ਗਿਆ। ਮੈਂ ਕਿਹਾ ਵਿਰਾਸਤ 'ਤੇ ਯਾਰ ਇੱਕ ਜੁਮਾ ਪੜ੍ਹਾ ਦਿਓ, ਮੈਂ ਤੁਹਾਡੀ ਮਿਹਨਤ ਕਰਦਾ। ਸਾਡੇ ਪੂਰੇ ਪਿੰਡ ਦੇ ਵਿੱਚ ਮੇਰਾ ਖਿਆਲ 90% ਲੋਕਾਂ ਨੇ ਜਿਹੜਾ ਵਾ ਉਹ ਧੀਆਂ ਨੂੰ ਹਿੱਸਾ ਨਹੀਂ ਦਿੱਤਾ। ਅਤੇ ਤੁਸੀਂ, ਮੈਂ ਕਿਹਾ ਯਾਰ ਤੁਹਾਡੀ ਮਿਹਰਬਾਨੀ, ਤੁਸੀਂ ਇਹਦੇ 'ਤੇ ਜੁਮਾ ਪੜ੍ਹਾ ਦਿਓ। ਅੱਗੋਂ ਭਾਈ ਮੌਲਵੀਆਂ ਦੇ ਕਾਂ ਸਿਆਣੇ, ਉਹਨਾਂ ਨੂੰ ਪਤਾ ਵੀ ਇਹ ਤਾਂ ਪੂਰੇ ਪਿੰਡ ਦੇ ਹਿੱਸਾ ਨਹੀਂ ਦਿੱਤਾ, ਅਤੇ ਜੇ ਅਸੀਂ ਜੁਮਾ ਪੜ੍ਹਾ ਦਿੱਤਾ ਤਾਂ ਸਾਨੂੰ ਮਸੀਤ ਬਦਲਣੀ ਪੈਣੀ। ਗੱਲ ਇਹ ਆ ਕਿ ਹਰ ਬੰਦਾ ਹੀ ਯਕੀਨ ਜਾਣੋ, ਅਗਰ ਮੈਨੂੰ ਕੋਈ ਸੁਣ ਰਿਹਾ ਪਿਆਰ ਕਰਦਾ, ਮੈਂ ਇੱਕ ਤੁਹਾਨੂੰ ਇਹ ਕੁਲੀਏ ਦੀ ਗੱਲ ਦੇ ਜਾਵਾਂ, ਨਮਾਜ਼ ਰੋਜ਼ਾ ਸਾਡੇ 'ਤੇ ਫਰਜ਼ ਹੈ, ਇਹਦੇ 'ਤੇ ਕੋਈ ਬਹਿਸ ਨਹੀਂ ਅਤੇ ਕੋਈ ਦਲੀਲ ਨਹੀਂ। ਲੇਕਿਨ ਭੈਣਾਂ ਦਾ ਹੱਕ ਨੱਪ ਕੇ
ਤੇ ਮੁੜ ਕੇ ਕਹਿਣਾ ਜੀ ਕਣਕ ਦਾ ਰੇਟ ਕੋਈ ਨਹੀਂ, ਮੀਂਹ ਕੋਈ ਨਹੀਂ ਪੈਂਦਾ, ਬਈ ਕਿੱਥੋਂ ਪੈ ਜਾਣ ਮੀਂਹ। ਤੁਸੀਂ 20-20 ਢੇਰੀਆਂ ਦਾ ਤੇ ਹਿੱਸਾ ਪੀਤਾ, ਤੁਸੀਂ 20-20 ਢੇਰੀਆਂ ਦਾ ਤੇ ਹੱਕ ਪੀਤਾ। ਭੈਣ ਕੋ ਬਿਆਨ ਲੈ ਕੇ ਜਦੋਂ ਤੁਸੀਂ ਕਚਹਿਰੀਆਂ ਵਾਪਸ ਆਉਂਦੇ ਹੋ ਨਾ, ਤੇ ਤੁਹਾਡਾ ਸੀਨਾ ਏਦਾਂ ਚੌੜਾ ਹੁੰਦਾ ਜਿੱਦਾਂ ਤੁਸੀਂ ਬੈਤੁਲ ਮੁਕੱਦਸ ਆਜ਼ਾਦ ਕਰਾ ਲਿਆ। ਇੱਕ ਗੈਰਤ ਨਾ ਹੋਣ ਦੀਆਂ ਨਿਸ਼ਾਨੀਆਂ ਨੇ, ਸਮਝ ਆਈ? ਵਾਹਦ ਮੈਂ ਵੇਖਿਆ, ਮੈਂ ਬਾਪ ਬਣ ਕੇ ਇੱਕ ਚੀਜ਼ ਨੂੰ ਮਹਿਸੂਸ ਕੀਤਾ ਵਾ ਕਿ ਜੋ ਦਰਦ ਧੀ ਪਿਓ ਵਾਸਤੇ ਰੱਖਦੀ ਹੈ, ਜੋ ਦਰਦ ਭੈਣ ਭਰਾਵਾਂ ਵਾਸਤੇ ਰੱਖਦੀ ਹੈ, ਉਹ ਭਰਾ ਭਰਾਵਾਂ ਲਈ ਨਹੀਂ ਰੱਖਦੇ, ਉਹ ਪੁੱਤਰ ਪਿਓ ਵਾਲੀ ਨਹੀਂ ਰੱਖਦੇ। ਇੰਨਾ ਕੁਛ ਜਾਣਨ ਬੁੱਝਣ ਦੇ ਬਾਵਜੂਦ ਤੁਸੀਂ ਪੁੱਤਾਂ ਦੇ ਨਾਂ ਜ਼ਮੀਨ ਕਰਾ ਕੇ, ਤੇ ਮੈਂ 20 ਉਹ ਪਿਓ ਵੇਖੇ ਜਿਹੜੇ ਪਿਛਲੇ ਉਮਰੇ ਬਹਿ ਕੇ ਕਹਿਣ ਦੇ, ਉਹ ਬੜੀ ਗਲਤੀ ਕਰ ਲਈ, ਤੇ ਹਜੇ ਜੀਨਾ ਮੈਂ ਗਲਤੀ ਨੂੰ ਸੁਧਾਰ ਲਾ। ਦਿਲ ਤੇ ਫਿਰ, ਮਨ ਤੇ ਫਿਰ ਪਾਪੀ ਹੈ ਨਾ, ਤੇ ਮੈਂ ਸ਼ੁਰੂ ਚ ਕਿਹਾ ਸੀ ਮਨ ਪਾਪੀ ਹੋਵੇ ਤੇ ਹੁਜਤਾਂ ਢੇਰ ਨਹੀਂ। ਹੁਣ ਤੇ ਬਿਆਨ ਦੇ ਬੈਠੇ ਆ, ਲੜਾਈ ਪਏਗੀ, ਬਈ ਕੀ ਲੜਾਈ ਪਏਗੀ? ਜਾਣਦਿਆਂ ਬੁੱਝਦਿਆਂ ਕਿਸੇ ਦਾ ਹਿੱਸਾ ਮਾਰਨਾ, ਕੱਟਿਆਂ ਦੀਆਂ ਕੁਰਬਾਨੀਆਂ ਦੇ ਮਸਲੇ ਨਾ ਪੁੱਛੋ ਵੀ ਹਲਾਲ ਹੈ ਕਿ ਹਰਾਮ। ਹਲਾਲ ਜਾਨਵਰ ਲੱਭਦਾ ਤੇ ਕਰ ਕੁਰ ਲਿਆ ਕਰੋ, ਕੋਈ ਨਹੀਂ, ਅੱਲਾਹ ਤਾਲਾ ਕਬੂਲ ਕਰਨ ਵਾਲਾ। ਲੇਕਿਨ ਜਿਹੜਾ ਆਪਣੀ ਰਿਜ਼ਕ ਹੈ ਨਾ, ਉਹ ਹਲਾਲ ਹੈ ਤੇ ਸਾਰੀਆਂ ਕੁਰਬਾਨੀਆਂ ਹੀ ਕਬੂਲ ਹੈ, ਤੇ ਜੇ ਪੈਸੇ ਹੀ ਹਰਾਮ ਹੈ, ਕੋਈ ਕੁਰਬਾਨੀ ਕਬੂਲ ਨਹੀਂ। ਤੇ ਆਖਰ ਤੇ ਅਰਜ਼ ਹੈ ਕਿ ਆ ਮੇਰੀ ਵੀਡੀਓ ਦੇ ਉੱਤੇ ਇੱਕ ਨੀਲੇ ਜਿਹੇ ਰੰਗ ਦਾ ਫਾਲੋ ਲਿਖਿਆ ਹੁੰਦਾ, ਉੱਥੇ ਉਂਗਲ ਨਾਲ ਫਾਲੋ ਕਰ ਲਿਆ ਕਰੋ, ਉੱਥੇ ਡੂਮਣਾ ਨਹੀਂ ਲੱਗਾ ਜਾਂ ਭੂੰਡਾ ਦੀ ਖੱਖਰ ਨਹੀਂ ਲੱਗੀ ਵੀ ਤੁਹਾਡੇ ਹੱਥ 'ਤੇ ਲੜ ਜਾਣੇ। ਮਿਲਦੇ ਨਿਸ਼ਾ ਲੱਗ ਲਈ।